ਬਿਸਮਿਲ੍ਲਾਹਿ ਰਹਿਮਾਨਿ ਰਹੀਮ ਕੀ ਸਟੇਡੀਅਮ ਦੀ ਖਿਦਮਤ ਚ ਸ਼ਵੀਸ਼ ਹਾਜ਼ਰ ਨੇ। ਜਿੱਥੇ ਹਾਕੀ ਦਾ ਮੈਚ ਹੋ ਰਿਹਾ, ਕਾਫਰਾਂ ਤੇ ਮੁਸਲਮਾਨਾਂ ਦਰਮਿਆਨ ਮੈਚ ਹੋ ਰਿਹਾ ਵੇ। ਇੱਕ ਪਾਸੇ ਮੁਸਲਮਾਨ ਖਲੋਤੇ ਨੇ, ਦੂਜੇ ਪਾਸੇ ਕਾਫਰ ਖਲੋਤੇ ਨੇ। ਮੁਸਲਮਾਨਾਂ ਦੇ ਹੱਥਾਂ ਦੀ ਹਾਕੀਆਂ ਨੇ, ਕਾਫਰਾਂ ਦੇ ਹੱਥਾਂ ਦੀ ਹਾਕੀਆਂ ਨੇ। ਇੱਕ ਨੰਨੀ ਜਿਹੀ ਗੇਂਦ ਲਿਆ ਕੇ ਰੱਖੀ ਜੇ, 11 ਖਿਲਾੜੀ ਇੱਧਰ ਖਲੋਤੇ ਨੇ, 11 ਖਿਲਾੜੀ ਇੱਧਰ ਖਲੋਤੇ, ਮੁਸਲਮਾਨਾਂ ਦੇ ਹੱਥਾਂ ਦੀ ਹਾਕੀਆਂ ਨੇ। ਕਾਫਰਾਂ ਨੇ ਵੱਡੇ ਵੱਡੇ ਹਾਕੇ ਫੜੇ ਹੋਏ ਨੇ। ਇੱਕ ਨੰਨੀ ਜਿਹੀ ਗੇਂਦ ਲਿਆ ਕੇ ਰੱਖੀ ਏ, ਇੱਕ ਜ਼ਾਲਮ ਰੈਫਰੀ ਨੇ ਸੀਟੀ ਮਾਰੀ ਏ। ਉਹ 11 ਖਿਲਾੜੀ ਇੱਧਰੋਂ ਪੈ ਗਏ ਨੇ, 11 ਖਿਲਾੜੀ ਇੱਧਰੋਂ ਪੈ ਗਏ ਨੇ। ਉਹ ਗੇਂਦ ਨੂੰ ਤਰੋ ਕੇ ਲੈ ਗਏ ਨੇ। ਉਹ ਇੱਕ ਗੇਂਦ ਤੇ 22 ਖਿਲਾੜੀ। ਉਹ ਨਾ ਮਾਰੋ, ਨਾ ਮਾਰੋ ਇਸ ਗੇਂਦ ਨੂੰ, ਨਾ ਮਾਰੋ। ਉਹ ਜ਼ਾਲਮੋ ਹਯਾ ਕਰੋ, ਨੰਨੀ ਜਿਹੀ ਗੇਂਦ ਏ, ਉਹ ਮਾਸੂਮ ਜਿਹੀ ਗੇਂਦ ਏ, ਕਿਹੜੀ ਗੱਲ ਤੋਂ ਲਾ ਲੜਕੇ ਮਰ ਚਲਿਓ। ਉਹ 4 ਰੁਪਈਆਂ ਦੀ ਤੇ ਸਾਰੀ ਗੇਂਦ ਏ। ਉਹ ਜੇਡੀ ਸ਼ੌਕ ਜੇ ਜਾਓ, ਆਪਣੀ ਆਪਣੀ ਗੇਂਦ ਲੈ ਲਓ। ਤੋ ਮੈਂ ਕਹਿ ਰਿਹਾ, ਦੋਨੋਂ ਟੀਮਾਂ ਜ਼ੋਰੋ ਸ਼ੋਰ ਨਾਲ ਖੇਡ ਰਹੀਆਂ ਨੇ। ਗੇਂਦ ਕਰੀ ਅਸਨ ਸਰਦਾਰ ਦੇ ਕੋਲ ਚਲੀ ਜਾਂਦੀ ਏ, ਕਦੀ ਮਨਜ਼ੂਰ ਸੀਨੀਅਰ ਕੋਲ ਚਲੀ ਜਾਂਦੀ ਏ, ਕਦੀ ਮਨਜ਼ੂਰ ਸੀਨੀਅਰ ਕੋਲ ਚਲੀ ਜਾਂਦੀ ਏ। ਗੇਂਦ ਇਸ ਤਰ੍ਹਾਂ ਅੱਗੇ ਅੱਗੇ ਜਾਂਦੀ ਏ ਪਈ, ਵੇਖਿਆ ਕੀ ਇੱਕ ਲੰਮੀਆਂ ਲਿਟਾਂ ਕਾਫਰ ਆਇਆ ਵੇ। ਜਾਂ ਕਰਤਾਰ ਸਿੰਘਾਂ ਤੇਰਾ ਬੇੜਾ ਗਰਕ ਹੋ ਜੇ, ਉਹ ਤੇਰਾ ਨਾਸ ਹੋ ਜੇ, ਤੇਰਾ ਖਾਨਾ ਖਰਾਬ ਹੋ ਜੇ। ਉਹ ਤੇਰੀ ਹਾਕੀ ਕਿਉਂ ਨਾ ਟੁੱਟ ਗਈ, ਤੇਰੀ ਲੱਤ ਕਿਉਂ ਨਾ ਅੱਗ ਗਈ। ਉਹ ਬੇੜਾ ਗਰਕ ਹੋਏ, ਮੇਰੇ ਪਾਕਿਸਤਾਨ ਨੂੰ ਗੋਲ ਨਾ ਕਰੀ, ਹਸਨ ਸਰਦਾਰ ਨੂੰ ਗੋਲ ਨਾ ਕਰੀ, ਮਨਜ਼ੂਰ ਜੂਨੀਅਰ ਨੂੰ ਗੋਲ ਨਾ ਕਰੀ, ਕਿਉਂਕਿ ਅੱਜ ਗੋਲ ਹੋ ਗਿਆ। ਸਾਡੀ ਆਨ ਨਹੀਂ ਰਹਿਣੀ, ਸਾਡੀ ਸ਼ਾਨ ਨਹੀਂ ਰਹਿਣੀ।